ਫਿਰੋਜ਼ਪੁਰ ਵਿੱਚ ਗੁੰਡਾਗਰਦੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਰੋਜ਼ਪੁਰ ਦੇ ਸ਼ਾਂਤੀ ਨਗਰ ਤੋਂ, ਜਿੱਥੇ ਇੱਕ ਪੁਲਿਸ ਮੁਲਾਜ਼ਮ ਦੇ ਮੁੰਡਿਆਂ ਤੇ ਗੁੰਡਾਗਰਦੀ ਕਰਨ ਦੇ ਆਰੋਪ ਲੱਗੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੇ ਗੁਆਂਢ ਵਿੱਚ ਵਿਆਹ ਸੀ ਅਤੇ ਡੀਜੇ ਉੱਪਰ ਪਰਿਵਾਰ ਅਤੇ ਰਿਸ਼ਤੇਦਾਰ ਨੱਚ ਰਹੇ ਸਨ ਕਿ ਅਚਾਨਕ ਉੱਥੇ ਗਲੀ ਵਿੱਚ ਹੀ ਰਹਿੰਦੇ ASI ਬਲਵੀਰ ਸਿੰਘ ਦੇ ਲੜਕੇ ਆ ਗਏ ਅਤੇ ਡੀਜੇ ਬੰਦ ਕਰਨ ਲਈ ਕਹਿਣ ਲੱਗੇ। ਜਦ ਉਹਨਾਂ ਕਿਹਾ ਕਿ ਥੋੜੀ ਦੇਰ ਤੱਕ ਡੀਜੇ ਬੰਦ ਕਰ ਦਿੰਦੇ ਹਾਂ ਤਾਂ ਉਹਨਾਂ ਨੇ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਡੀਜੇ ਦੀ ਤੋੜ ਭੰਨ ਕੀਤੀ। ਇੱਥੋਂ ਤੱਕ ਕਿ ਔਰਤਾਂ ਨੂੰ ਵੀ ਨਹੀਂ ਬਖਸ਼ਿਆ, ਔਰਤਾਂ ਨਾਲ ਵੀ ਕੁੱਟਮਾਰ ਕਰਦੇ ਉਹਨਾਂ ਦੇ ਕੱਪੜੇ ਪਾੜ ਦਿੱਤੇ ਗਏ। ਪੀੜਤ ਪਰਿਵਾਰ ਨੇ ਆਰੋਪ ਲਗਾਏ ਹਨ ਕਿ ਵਰਦੀ ਦੀ ਧੌਂਸ ਦੇ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਧਮਕੀਆਂ ਵੀ ਦਿੱਤੀਆਂ ਗਈਆਂ ਹਨ ਕਿ ਉਹਨਾਂ ਦਾ ਪਿਤਾ ਪੁਲਿਸ ਵਿੱਚ ਹੈ, ਇਸ ਲਈ ਉਹਨਾਂ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ। ਪੀੜਤ ਪਰਿਵਾਰ ਨੇ ਮੰਗ ਕੀਤੀ ਹੈ ਕਿ ਕੁੱਟਮਾਰ ਕਰਨ ਅਤੇ ਤੋੜ ਭੰਨ ਕਰਨ ਵਾਲੇ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਸਰੇ ਪਾਸੇ ਇਸ ਮਾਮਲੇ ਨੂੰ ਲੈ ਕੇ ਜਦੋਂ ਪੁਲਿਸ ਨਾਲ ਗੱਲਬਾਤ ਕੀਤੀ ਗਈ ਤੇ ਜਾਣਕਾਰੀ ਦਿੰਦਿਆਂ ASI ਜੰਗ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਹੁਣ ਹੀ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਅਤੇ ਪੀੜਤ ਪਰਿਵਾਰ ਜੋ ਵੀ ਬਿਆਨ ਦਰਜ ਕਰਵਾਏਗਾ ਉਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਜੇ ਨਿਊਜ਼ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ। ਮੇਰਾ ਨਾਮ ਮੋਹਿਤ ਜੀ। ਹਾਂਜੀ ਮੋਹਿਤ। ਮੋਹਿਤ ਕਿੱਥੋਂ ਦੇ ਰਹਿਣ ਵਾਲੇ? ਸ਼ਾਂਤਨਗਰ ਜੀ। ਕੀ ਹੋਇਆ ਜਿਹੜੀ ਕੁੱਟਮਾਰ, ਕਿਸ ਵਜ੍ਹਾ ਕਰਕੇ? ਇਹ ਹੀ ਸਾਡੇ ਜੀ ਕੋਈ ਵਿਸ਼ ਫੰਕਸ਼ਨ ਸੀ ਨਾਲ ਦੇ ਗਵਾਂਢੀਆਂ ਦਾ, ਇਸ ਕਰਕੇ ਹੀ ਅਸੀਂ ਉੱਥੇ ਫੰਕਸ਼ਨ 'ਤੇ ਅਸੀਂ ਗਏ ਸਾਰੇ ਅਤੇ ਨਾਲ ਦੇ ਗਵਾਂਢੀ ਆ ਕੇ ਕਹਿਣ ਲੱਗ ਪਏ DA ਬੰਦ ਕਰੋ। ਅਸੀਂ ਕਿਹਾ ਜੀ ਉਹਨਾਂ ਦੇ DA ਬੰਦ ਕਰ ਦਾਂਗੇ ਜੀ, 12 ਵਜੇ ਤੱਕ ਲਾਊਡ, ਅਸੀਂ 10 ਵਜੇ ਤੱਕ ਕਰ ਦਾਂਗੇ। ਕਹਿੰਦੇ ਨਹੀਂ ਹੁਣੇ ਕਰੋ, ਇਹ ਆ ਕੇ ਤਾਰਾ ਤੂਰਾ ਪੱਟਣ ਲੱਗ ਪਏ ਜੀ। ਅਸੀਂ ਇਹਨਾਂ ਨੂੰ ਰੋਕਿਆ, ਉੱਤੋਂ ਇਹ ਸਾਡੇ ਗਲ ਪੈ ਗਏ, ਇਹ ਡਾਂਗਾ ਸੋਟੀਆਂ ਕੱਢ ਲਿਆਏ ਮੇਰੇ ਗਲ ਪਏ, ਉੱਤੋਂ ਵਰਦੀ ਦੀ ਧੌਂਸ ਦਿੰਦਾ ਜੀ ਬਲਵੀਰ ਦੇ ਮੁੰਡੇ। ਕਹਿੰਦੇ ਸਾਡਾ ਪਿਓ SI ਆ ਅਤੇ ਜੋ ਤੁਸੀਂ ਜੋ ਕਰਨਾ ਕਰ ਲਓ। ਕਹਿੰਦੇ ਅਸੀਂ ਤਾਂ ਤੁਹਾਨੂੰ ਕੁੱਟਾਂਗੇ, ਅਤੇ ਮੈਨੂੰ ਵੀ ਕੁੱਟਿਆ ਜੀ, ਮੇਰੀ ਮੰਮੀ ਨੂੰ ਵੀ ਕੁੱਟਿਆ ਜੀ, ਠੀਕ ਹੈ, ਗਲੀ ਵਿੱਚ ਵੀ 2-3 ਜਣਿਆਂ ਦੇ ਹੋਰ ਵੀ ਕੁੱਟਿਆ, ਉਹਨਾਂ ਨੂੰ ਵੀ ਨੀਲ ਨੂਲ ਪਏ ਆ ਅਤੇ ਉਹਨਾਂ ਦੇ ਕੈਮਰੇ ਵੀ ਖਿਲਾਏ ਜਾਣ। ਸਾਡੀ ਸੁਣਾਈ ਕੀਤੀ ਜਾਵੇ, ਮੇਰੀ ਮੰਮੀ ਦੇ ਕੱਪੜੇ ਲੀੜੇ ਪਾੜ ਦਿੱਤੇ ਆ, ਉਹ ਵੀ ਤੁਹਾਡੇ ਵੀਡੀਓ ਵਿਖਾਈ ਅੱਗੇ ਜੀ, ਅਤੇ ਇਸ ਕਰਕੇ ਸਾਡੀ ਸਰਕਾਰ ਅੱਗੇ ਬੇਨਤੀ ਹੈ ਸਾਡੀ ਸੁਣਾਈ ਕੀਤੀ ਜਾਵੇ। ਬਾਕੀ ਸਾਡੀ ਮੰਮੀ ਅੱਗੇ ਤੋਂ ਕੋਲੋਂ ਵੀ ਬਿਆਨ ਤੁਸੀਂ ਲੈ ਸਕਦੇ ਹੋ, ਨਾਨੀ ਮੰਮੀ ਤੋਂ ਵੀ। ਕਿਵੇਂ ਕੁੱਟ ਮਾਰ ਕੇ DJ ਵੀ ਤੋੜੇ? DJ ਸਾਡੇ ਤੋੜਤੇ ਜੀ ਸਾਰੇ, ਉਹਦੀ ਸਾਡੇ ਕੋਲ ਵੀਡੀਓ ਵੀ ਆ, ਤੁਹਾਨੂੰ ਦਿਖਾ ਦਾਂਗੇ। ਉਹ DJ ਤੋਂ ਲੜਾਈ? ਹਾਂਜੀ DJ ਤੋਂ ਲੜਾਈ ਹੋਈ ਆ ਜੀ, ਕੰਟੈਂਟ ਤੋਂ ਵੀ ਲੜਾਈ ਹੋਈ। ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ? ਨਹੀਂ ਜੀ, ਕੋਈ ਕਾਰਵਾਈ ਨਹੀਂ ਹੋਈ ਗਈ, 4 ਦਿਨ ਹੋ ਗਏ ਅੱਜ। ਕਾਰਨ ਜੀ ਬਸ ਕੁਛ ਨਹੀਂ, ਉਹਨੂੰ SI ਪੁਲਿਸ ਦੀ ਧਮਕੀ ਦਿੰਦੇ ਨੇ, ਉਹ ਇੱਕ ਨਾ ਇੱਕ ਗੱਲ ਹੀ ਸਾਰਿਆਂ ਦੀ ਪੁਲਿਸ ਹੀ ਸਮਝਦੀ ਹੈ, ਤਾਂ ਕਰਕੇ। ਹੁਣ ਭਗਵੰਤ ਮਾਨ ਤੋਂ ਕੀ ਅਪੀਲ ਕਰਨਾ ਚਾਹੋ? ਅਸੀਂ ਤਾਂ ਇਹ ਅਪੀਲ ਕਰਨਾ ਚਾਹੇ ਭਗਵੰਤ ਮਾਨ ਨੇ, ਸਰਕਾਰ ਨੇ ਕੁਛ ਕੀਤਾ ਨਹੀਂ ਗਾ, ਉਹ ਤਾਂ ਜੋ ਕਹਿੰਦਾ ਸਾਰਾ ਕੁਛ ਕਰ ਦਾਂਗੇ, ਆ ਸਾਨੂੰ ਤਾਂ ਇਹੀ ਕੁਛ ਨਹੀਂ ਮਿਲਦਾ ਪਿਆ ਜੀ। ਜਦੋਂ ਦੀ ਸਗੋਂ ਆਈ ਉਦੋਂ ਤਾਂ ਪੁਲਿਸ ਨੂੰ ਖੁੱਲ੍ਹ ਮਿਲ ਗਈ, ਜਦੋਂ ਤਾਂ ਭਗਵੰਤ ਮਾਨ ਆਇਆ, ਪੁਲਿਸ ਤਾਂ ਆਜ਼ਾਦ ਘੁੰਮਦੀ, ਕੁਛ ਨਹੀਂ, ਬਸ ਘਰੋਂ ਜਾਂਦੇ ਆ ਡਿਊਟੀ ਤੋਂ ਕਰੇ, ਕਿਸੇ ਦੀ ਕੁਛ ਨਹੀਂ ਕਰਦੇ। ਸ਼ਾਂਤੀ ਨਗਰ ਜੀ। ਕੀ ਹੋਇਆ ਜਿਹੜਾ ਹੰਗਾਮਾ ਆ ਕੁੱਟਮਾਰ? ਸਾਡੇ ਵਿਆਹ ਸੀ ਜੀ ਗਵਾਂਢੀਆਂ ਦਾ, ਕੁੜੀ ਦਾ, ਅਸੀਂ DJ ਲਾਏ ਸੀ ਦੇ ਦੀਆਂ ਤਾਂ ਤਰਾਏ ਕੀਤਾ ਆਣ ਕੇ, ਕਹਿੰਦੇ ਬੰਦ ਕਰੋ ਬੰਦ ਕਰੋ, ਤੇ ਅਸੀਂ ਕਿਹਾ ਵੀ ਅਸੀਂ ਬੰਦ ਕਰ ਦਾਂਗੇ, ਵੀ ਅਜੇ ਉਹਨੇ ਤਾਂ ਲਾਏ ਥੋੜੀ ਦੇਰ ਚੱਲ ਲੈਣ ਦੋ, ਤੇ ਉਹ ਕਹਿੰਦਾ ਨਹੀਂ ਅਸੀਂ ਤਾਂ ਹੁਣੇ ਬੰਦ ਕਰਾਉਣੇ ਨੇ ਤਾਂ ਅਸੀਂ ਤੋੜ ਦਾਂਗੇ। ਤੇ ਇੱਥੋਂ ਮੁੰਡੇ ਦੇ ਗਲ ਪੈਣ ਲੱਗ ਪਏ, ਭੰਨਣ ਤੋੜਨ ਲੱਗ ਪਏ DJ, ਤੇ ਪਹਿਲਾਂ ਸਾਜਨ ਗਲ ਪਿਆ, ਫਿਰ ਬਲਵੀਰ ਦੇ ਮੁੰਡੇ ਆ ਗਏ, ਉਹਦੀ ਵਹੁਟੀ ਆ ਗਈ ਬਲਵੀਰ SI ਜੀ, ਤੇ ਉਹ ਕਹਿੰਦੇ ਜਾ ਕਰ ਲਓ ਤੁਸੀਂ ਕੀ ਕਰਨਾ, ਅਸੀਂ DJ ਭੰਨਣੇ ਹੀ ਨੇ ਅੱਜ, ਲਾਉਣ ਨਹੀਂ ਦੇਣੇ, ਸਾਡੇ ਪਿਓ ਦੀ ਵਰਦੀ ਲਵਾ ਕੇ ਵਿਖਾਓ ਤੁਸੀਂ। ਤੇ ਮੁੰਡੇ ਦੇ ਗਲ ਪੈ ਗਏ, ਤੇ ਮੈਂ ਵੀ ਵਿੱਚੇ ਸੀ, ਮੇਰੇ ਕੱਪੜੇ ਪਾੜ ਦਿੱਤੇ, ਵੇਲਫ ਨੰਗੀ ਕਰਤਾ, ਤੇ ਓਦਾਂ ਹੀ ਮੈਂ ਕੱਪੜਿਆਂ ਚੁੰਨੀ ਵਲੇਟ ਕੇ ਥਾਣੇ ਗਈ, ਤੇ ਥਾਣੇ ਵਾਲੇ ਕਹਿੰਦੇ ਤੁਸੀਂ ਉੱਥੇ ਜਾਓ, ਦਾਖਲ ਹੋ ਜਾਓ, ਜਾ ਕੇ ਅਸੀਂ ਤੁਹਾਡੀ ਰਿਪੋਰਟ ਨਹੀਂ ਲਿਖ ਸਕਦੇ, ਉੱਥੋਂ MRI ਕਰਾ ਕੇ ਆਓ, ਫਿਰ ਤੁਹਾਨੂੰ ਅਸੀਂ, ਅੱਜ 4 ਦਿਨ ਹੋ ਗਏ ਇੱਥੇ ਦਾਖਲ ਹੋਇਆ ਨੂੰ, ਨਾ ਕੋਈ MRI ਭੇਜੀ, ਨਾ ਕੋਈ ਪੁਲਿਸ ਵਾਲਾ ਆਇਆ, ਨਾ ਕੋਈ ਸੁਣਾਈ, ਨਹੀਂ ਜੀ ਕੋਈ ਨਹੀਂ ਆਈ, ਸਾਡੀ ਸੁਣਾਈ ਕੀਤੀ ਜਾਵੇ। ਹਾਂਜੀ ਭਗਤਵਾਨ ਦੇ ਰਾਹ ਜੇ ਤਾਂ ਕੁਛ ਵੀ ਨਹੀਂ ਜੀ, ਸਿਗੋ ਬੁੜੀਆਂ ਦੀ ਇੱਜ਼ਤਾਂ ਨੂੰ ਲੋਕੀ ਪੈਣ ਲੱਗ ਪਏ, ਗੰਡਾਗਰਦੀ ਹੋਣ ਲੱਗ ਪਈ। ਸਾਡੀ ਮੰਗ ਵੀ ਸਾਨੂੰ ਇਨਸਾਫ ਮਿਲਿਆ ਜਾਵੇ, ਔਰਤ ਦੀ ਸੁਣਾਈ ਹੋਵੇ। ਮੇਰਾ ਨਾਂ ਰਾਣੀ ਹੈ ਜੀ। ਰਾਣੀ ਕਿੱਥੋਂ ਦੇ ਰਹਿਣ ਵਾਲੇ? ਸ਼ਾਂਤੀ ਨਗਰ ਜੀ। ਕੀ ਹੋਇਆ ਜਿਹੜੀ ਕੁੱਟਮਾਰ ਲੜਕੇ ਤੁਹਾਡਾ ਨਾਲ, ਕੀ ਵਜ੍ਹਾ ਸੀ ਜੀ? ਕੁੱਟਮਾਰ ਦੀ ਇਹੀ ਵਜ੍ਹਾ ਸੀ, ਮੈਂ ਤਾਂ ਕੰਮ ਕਾਰ ਵਾਲੀ ਹਾਂ, ਮੈਂ ਤਾਂ ਇਹਨਾਂ ਨੂੰ ਛੱਡ ਕੇ ਨਾ ਚੰਗੇ ਭਲਿਆਂ ਨੱਚਦਿਆਂ ਨੂੰ ਟੱਪਦਿਆਂ ਨੂੰ ਚਲੀ ਗਈ। ਮੈਂ ਗੁੜੀਆਂ ਨੂੰ ਕਹਿ ਗਈ, ਮੈਂ ਗੁੜੀਆ ਵੀ ਤੂੰ ਨਾਚ ਜਾਵੀਂ, ਵੀ ਚੱਲ ਵਿਆਹ ਦਾ ਪ੍ਰੋਗਰਾਮ ਹੈ ਅਤੇ ਜਦੋਂ ਮੈਂ ਆਵਾਂਗੀ ਨਾ 9 ਵਜੇ ਤੂੰ ਆਪਦੇ ਘਰ ਚਲੀ ਜਾਵੀਂ। ਅਤੇ ਕਹਿੰਦੀ ਠੀਕ ਹੈ ਮੰਮੀ। ਅਤੇ ਜਦੋਂ ਨੂੰ ਅਜੇ ਮੈਂ ਉਹਨਾਂ ਦੇ ਕੰਮ ਵਾਲਿਆਂ ਦੇ ਘਰ ਹੀ ਪਹੁੰਚੀ ਜਾ ਕੇ, ਮਗਰੋਂ ਫੋਨ ਆ ਗਿਆ ਮੈਨੂੰ, ਆਹਦੇ ਨਾਲੇ ਵੀ ਬੇਟੀ ਮੇਰੀ ਨੂੰ ਮਾਰਿਆ, ਨਾਲੇ ਉਹਨੂੰ ਬੇਟੇ ਨੂੰ ਮਾਰਿਆ, ਕੁੱਟਮਾਰ ਬਹੁਤ ਕੀਤੀ ਇਹਨਾਂ ਨੇ ਮੇਰੀ ਬੇਟੀ ਨੂੰ, ਇਹਨਾਂ ਨੇ ਢਾਹ ਲਿਆ 4-5 ਜਣਿਆਂ ਨੇ, ਉਹਦੇ ਲੀੜੇ ਪਾੜੇ ਅੱਗੋਂ ਪਿੱਛੋਂ ਸਭ, ਵੀ ਅਲਫ ਨੰਗੀ ਕਰ ਦਿੱਤਾ ਇਹਨਾਂ ਨੇ, ਕਸਰ ਨਹੀਂ ਛੱਡੀ, ਵੀ ਅਸੀਂ ਕੀ ਨਾ ਇੱਜ਼ਤ ਲੁੱਟਣ ਵਾਲੀ ਕਸਰ ਨਹੀਂ ਛੱਡੀ, ਵੀ ਨੰਗੀ ਕਰ ਦਿੱਤਾ। ਇਹ ਬਲਵੀਰ ਦੇ ਮੁੰਡੇ ਨੇ, ਦੋ ਉਹ SI ਆ ਜੀ।
तो वह आपकी धमकी दवा जमा रहा जो कोई गांढ गुआढ़ पड़ोस जिथे भी हों प्रोग्राम उत्थे जाके आपका पंगा पा बैठे ने। अगे भी एक बार डीजा तो लड़ाई हुई सी तो इन्हें 80,000 रुपया लिया एस आई ने तो 10-12 जणियां दा नाल लिखवाता सी इन्हें 5-4 साल इन्हां दीआं जमानतां भी करवाईआं। उदों बाद उन्हां दी धमकी यही चली आउंदी आ वी असीं आधार वारी अही पैसे लैणे ने इन्हां तों वी डीजे नहीं लगण देणे। आपदे घरे उन्हां दा फैक्शन हुंदा जदों तो उदों लाउंदे ने सारा कुछ ही हुंदा है भन तोड़ जी डीजे तोड़े ने जदों मैं ही डीजे टुटे पए सी। फैक्शन चलदा सी गुड़िया दा विआह सी रा कीता सी गली दे विच साडे अपनी गली दे विच ही सीगा तो उन्होंने सारिया ने मदद की थी। गली वाले ने गरीब घर का गुंडागर्दी हुई इन्ना पहला साजन मुंडा आया है भट्टी का उन्हें डीजा कहना मैं बंद कराने ने ठीक है असी इन्हें मुंडे ने मिन्नत की आंदा कोई नहीं मैं 8-9 बजे 10 बजे तक ही बंद कर देंगे तो आंदा नहीं हुणे कराने उदों वह भी आ गए बाहर निकल के उन्हों की राय हो गई होनी सारिया की तो उन्होंने घरों ही आया असी निकल के उन्होंने घरों जो निकल के आया तो उन्होंने डांगा सोटियां पहले ही तैयार रखिया सी ते वो बाद दे वेचे ना नू कुट मार के करके सारा कुछ करके हुण वह अगले जदों असीं साडे बूहे ने दो घरां दे वो जदों असीं अंदर बाहर वड़दे अगले वेख वेख हसदे आ ते सानू कोई न्याय नहीं मिलदा गा। भगवंत मान दा अजकल भगवंत मान दी सरकार दे वेच सानू कोई न्याय नहीं मिलदा कोई कुछ भी न्याय नहीं मिलदा मेरा बंदा नहीं सिर ते वह गुंडागर्दी उन्हां दी चलदी आ भगवंत मान दी कि सरकार दे वेच उन्हां नू गुंडागर्दी दी पुलिस वालों नू आजादी मिल गई शह मिल गई वो कुछ नहीं करते उन्होंने जो असी नोट खवावे तो पुलिस साथ दूगी जो असी नोट नहीं ना खवावे सानू पुलिस साथ नहीं देंगी ठीक है ना। साड़ी ये मांग आ भी साड़ी हाथ जोड़ के बेनती ये आ भी मेरी बेटी नू ते मेरे बेटे नू दोनों नू न्याय मिले सानू सरकार बनियों साड़ी हाथ जोड़ के बेनती यही आ ते जिहड़ा मुंडा चल के आए ने साढ़े घरे तो टुट भान करके कुड़ी कुट मार के नाले डीजे तोड़े नाले कुर्सियां मेज तोड़े नाले कुड़ी कुटी नाले मुंडा कुटिया नाले मेरी नूह के गल पे ने वो जुंडे पट्टे ने तो हाथ जोड़ के यह बेनती साड़ी भी इन्होंने कैमरे खिलाई जान तो साड़ी नकवारी लग जाए असं ये भी नहीं आते जो साड़ी गलती है तो नकवारी भी लग जाए साढ़े तो गली महल तो पूछा जाए। हाँ जी सानू इंसाफ मिलना चाहिए। इन्हों का कोई विआह शादी का झगड़ा विआह शादी इन्हों की जो इन्हों का डीजे लाने तो झगड़ा कोई होया जी रात 9:30 का टाइम सी जी उन्होंने डीजे बना बंद कराने की कोशिश की इन्हों लड़ाई झगड़ा हो गया जी तो जज मैं MLR मिली है जी इन बयान लिख के अगली कार्रवाई की है तो रोक लगा रहे हैं बलवीर सिंह ला रहे उन्होंने बच्चों के बलवीर सिंह कौन है एस आई सी मुंडिया ला रहे हाँ जी मुंडिया तो ला रहे की उन्होंने कुटमार की कुटमार की है जी की मामला अगला कार्रवाई अगली सिंपल सट है जी एक सट है जी सिंपल बयान हाँ बयान लिखा जो कपड़े जी कपड़े